ਬੀਜੇਪੀ ਦੇ ਇਸ਼ਾਰੇ ਤੋਂ ਬਿਨਾਂ ਇਹ ਗੱਲ ਕੰਗਣਾ ਨਹੀਂ ਬੋਲੀ। ਬੀਜੇਪੀ ਨੇ ਹੀ ਇਹਨੂੰ ਸੰਦੇਸ਼ ਲਾਇਆ ਇਹ ਬੋਲਣ ਵਾਸਤੇ। ਇਹ ਇੰਨਾ ਸ਼ਾਂਤਮਈ ਅੰਦੋਲਨ ਲਗਾਤਾਰ ਇੰਨਾ ਸਵਾ ਸਾਲ ਚੱਲਣਾ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ। ਕਹਿਣ ਦਾ ਮਤਲਬ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਭ ਕੁਛ ਕੀਤਾ। ਬਿਲਕੁਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਪੰਜਾਬ ਦੇ ਲੋਕ ਕੰਗਣਾ ਰਾਵਤ ਦੇ ਬਿਆਨਾਂ ਨੂੰ ਕੋਈ ਖਾਸ ਨਹੀਂ ਸਮਝਦੇ, ਪਰੰਤੂ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਉਹ ਤੋਂ ਅਸੀਂ ਜ਼ਰੂਰ ਆਪਣੇ ਲੋਕਾਂ ਨੂੰ ਸਚੇਤ ਕਰ ਰਹੇ ਹਾਂ। ਅੱਜ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ 'ਚ ਕਾਰਪੋਰੇਟ ਦਾ ਤਾਂ 17.5 ਲੱਖ ਰੁਪਈਆ ਮਾਫ ਕਰਤਾ, ਪੰਜਾਬ ਦੇ ਕਿਸਾਨਾਂ ਨੂੰ ਤਾਂ 1 ਰੁਪਈਆ ਵੀ ਨਹੀਂ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀ ਵੀ ਦੇਖ ਰਹੇ ਹੋ ਤੁਸੀਂ। ਸੋ ਜਿਸ ਤਰ੍ਹਾਂ ਨਾਲ ਕੰਗਣਾ ਰਣੌਤ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ, ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਕਾਫੀ ਰੋਸ ਹੈ, ਅਤੇ ਅੱਜ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਵੱਲੋਂ ਜਿਹੜਾ ਕਿ ਅੱਜ ਭਾਜਪਾ ਦਫ਼ਤਰ ਦੇ ਘਰਾਵ ਦਾ ਪ੍ਰੋਗਰਾਮ ਉਲੀਕਿਆ ਗਿਆ। ਸਾਡੇ ਨਾਲ ਜਗਤਾਰ ਸਿੰਘ ਦਿਆਲਪੁਰ ਮੌਜੂਦ ਨੇ। ਦਿਆਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ ਆਪਣੇ ਬੜਬੋਲੇਪਣ ਨੂੰ ਲੈ ਕੇ, ਹਮੇਸ਼ਾ ਜਿਹੜੀ ਚਰਚਾ ਦੇ ਵਿੱਚ ਰਹਿੰਦੀ ਹੈ ਕੰਗਣਾ ਰਣੌਤ ਦੇ ਵੱਲੋਂ? ਸਭ ਤੋਂ ਪਹਿਲੀ ਗੱਲ, ਤੁਸੀਂ ਹਮੇਸ਼ਾ ਜਾਣਦੇ ਹੋ ਜਿਹੜੇ ਭਾਜਪਾ ਦਾ ਜਿਹੜਾ ਹਮੇਸ਼ਾ ਕਿਸਾਨ ਵਿਰੋਧੀ ਰਿਹਾ, ਪੰਜਾਬ ਵਿਰੋਧੀ ਰਿਹਾ, ਅਤੇ ਕੰਗਣਾ ਹਮੇਸ਼ਾ ਮੈਂ ਤਾਂ ਕੰਗਣਾ ਰਣੌਤ ਨਹੀਂ ਕੰਗਣਾ ਕਲੇਸ਼ਨ ਕਹੂੰਗਾ। ਆਪਾਂ ਅਕਸਰ ਦਿੰਦੇ ਹਾਂ ਵੀ ਹਰ ਇੱਕ ਜਿਹੜਾ ਬਿਆਨ ਆ ਪੰਜਾਬ ਦੇ, ਕਦੇ ਕਿਸਾਨਾਂ ਵਿਰੋਧੀ, ਕਦੇ ਨੌਜਵਾਨ ਨਸ਼ੇਈ ਦੱਸਦੀ ਆ, ਅਤੇ ਕਦੇ ਸਾਡੀਆਂ ਬੀਬੀਆਂ ਜਦੋਂ ਅੰਦੋਲਨ ਦੇ ਪੈਸੇ ਦਿਹਾੜੀਦਾਰ ਦਿੰਦੀ ਆ, ਉਹ ਹਮੇਸ਼ਾ ਉਹਦੇ ਜਿਹੜੇ ਬਿਆਨ ਨੇ ਉਹ ਪੰਜਾਬ ਵਿਰੋਧੀ ਰਹਿੰਦੇ ਨੇ। ਤੁਸੀਂ ਸਾਰੇ ਜਾਣਦੇ ਹੋ ਵੀ ਕੰਗਣਾ ਜੋ ਉਹਦੇ ਕੋਲ ਇਸ ਟਾਈਮ ਇੱਕ ਬਹੁਤ ਵਧੀਆ ਪਵਿੱਤਰ ਅਹੁਦਾ, ਉਹ ਉਹਦੇ ਉੱਪਰ ਰਹਿਣ ਦੇ ਕਾਬਲ ਵੀ ਨਹੀਂ ਹੈਗੀ, ਅਤੇ ਅੱਜ ਇਹ ਸਾਰਾ ਜਿਹੜਾ ਪ੍ਰੋਟੈਸਟ ਆ ਕਿਸਾਨ ਵਿੰਗ ਵੱਲੋਂ, ਜੋ ਅਪਸ਼ਬਦ ਉਹ ਕਿਸਾਨਾਂ ਬਾਰੇ ਬੋਲ ਰਹੀ ਆ, ਉਹਦੇ ਸੰਬੰਧ ਅਸੀਂ ਸਾਰਾ ਕਿਸਾਨ ਵਿੰਗ ਪੰਜਾਬ 'ਚੋਂ ਇਕੱਠੇ ਹੋ ਗਏ ਉਹਦਾ ਵਿਰੋਧ ਕਰਨ ਵਾਸਤੇ। ਸੋ ਇਹ ਤਾਂ ਕਹਿ ਦਿੱਤਾ ਗਿਆ ਕਿ ਜਦੋਂ ਅੰਦੋਲਨ ਹੋਇਆ ਸੀ, ਧੀਆਂ ਭੈਣਾਂ ਦੀ ਪੱਤ ਰੋਲੀ ਗਈ ਹੈ, ਪੰਜਾਬ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਇਹ ਇਸ ਨੂੰ ਕਿਸ ਤਰ੍ਹਾਂ ਦੇਖ, ਕਿਉਂਕਿ ਕਿਸਾਨਾਂ ਤਾਂ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ, ਉਹ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ। ਤੁਸੀਂ ਦੇਖੋ ਜੀ, ਜਿਹੜਾ ਉਹ 1 ਸਾਲ ਤੋਂ ਉੱਪਰ ਉੱਥੇ ਕਿਸਾਨ ਰਹਿ ਕੇ ਆਏ ਨੇ, ਤਾਂ ਜਦੋਂ ਉਦੋਂ ਵਾਪਸੀ ਕੀਤੀ ਆ ਕਿਸਾਨ ਨੇ, ਤਾਂ ਉੱਥੇ ਲੋਕਾਂ ਨੇ ਮਿਸ ਕੀਤਾ, ਵਧੈਗੀ ਆ ਜਿਹੜੀ ਉੱਥੇ ਲੋਕਾਂ ਨੇ ਨਮਕ ਖਾਣ ਨਾਲ ਦਿੱਤੀ ਆ, ਅਤੇ ਉੱਥੇ ਜਿੰਨੇ ਵੀ ਜਿਵੇਂ ਕਿਸਾਨ ਪੰਜਾਬ ਦਾ ਕਿਸਾਨ ਆ, ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਕਿਸਾਨ ਨੇ ਪੂਰੇ ਦੇਸ਼ ਦਾ ਜਿੱਥੇ ਢਿੱਡ ਭਰਿਆ, ਜਦੋਂ ਉੱਥੇ ਵੀ ਰਹੇ ਨੇ ਜਿੰਨਾ ਚਿਰ, ਜਿੰਨੇ ਵੀ ਉੱਥੇ ਗਰੀਬ ਲੋਕ ਸੀ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਸਾਰਾ ਕਰਦੇ ਰਹੇ ਨੇ। ਪਤਾ ਨਹੀਂ ਕੀ ਸੋਚ ਇਹਦੀ, ਸੋਚ ਆ ਰੱਬ ਜਾਣੇ, ਅਤੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਵਿਰੁੱਧ ਬੋਲਣਾ, ਕਹਿਣ ਦਾ ਮਤਲਬ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਵੀ ਫਿਲਮਾਂ ਤਾਂ ਚੱਲਦੀਆਂ ਨਹੀਂ ਹੈਗੀਆਂ ਉਹਦੀਆਂ, ਹੈ ਨਾ, ਅਤੇ ਸਿਰਫ ਇੱਕ ਕਹਿ ਲਈਏ ਵੀ ਲੋਕਾਂ 'ਚ ਰਹਿਣ ਦੀ ਖਾਤਰ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦੇਣਗੇ। ਸੋ ਇਸ ਤੋਂ ਪਹਿਲਾਂ ਦੀ ਗੱਲ ਕਰੀਏ, ਜਦੋਂ ਸਟੇਟਮੈਂਟ ਆਉਂਦੀ ਹੈ ਤਾਂ ਬੀਜੇਪੀ ਵਾਲੇ ਪਾਸਾ ਵੱਟ ਜਾਂਦੇ, ਉਹ ਕਹਿੰਦੇ ਇਹਦੀ ਨਿੱਜੀ ਵਿਚਾਰਧਾਰਾ ਹੋ ਸਕਦੀ ਹੈ, ਪਾਰਟੀ ਦਾ ਉਸ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਦੇਖੋ, ਬੀਜੇਪੀ ਦੀ ਇਹ ਆਪਣੀ ਚਾਲ ਹੈ, ਬੀਜੇਪੀ ਦੇ ਇਸ਼ਾਰੇ ਤੋਂ ਬਿਨਾਂ ਇਹ ਗੱਲ ਕੰਗਣਾ ਨਹੀਂ ਬੋਲੀ। ਬੀਜੇਪੀ ਨੇ ਹੀ ਇਹਨੂੰ ਸੰਦੇਸ਼ ਲਾਇਆ ਇਹ ਬੋਲਣ ਵਾਸਤੇ, ਕਿਉਂਕਿ ਜਿਸ ਦਿਨ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, 3 ਕਾਲੇ ਕਾਨੂੰਨ ਬੀਜੇਪੀ ਲੈ ਕੇ ਆਈ ਹੈ, ਬੀਜੇਪੀ ਉਸ ਦਿਨ ਤੋਂ ਇਹਨਾਂ ਦਾ ਵਿਰੋਧ ਕਰ ਰਹੀ ਹੈ, ਪਰੰਤੂ ਸਾਡੇ ਪੰਜਾਬ ਦੇ, ਭਾਰਤ ਦੇ, ਪੂਰੇ ਦੇਸ਼ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਧਰਨਾ ਦਿੱਤਾ ਦਿੱਲੀ 1.25 ਸਾਲ ਦੇ ਕਰੀਬ, ਔਰ ਉੱਥੇ ਪੂਰਾ ਭਾਈਚਾਰਕ ਸਾਂਝ ਬਣੀ, ਸਾਰੇ ਪੰਜਾਬ ਦੇ ਵਿੱਚੋਂ, ਭਾਰਤ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਇਕੱਲੇ ਕਿਸਾਨ ਨਹੀਂ ਸੀਗੇ, ਨਾਲ ਉਹਨਾਂ ਦੇ ਮਜ਼ਦੂਰ ਵੀ ਸੀਗੇ, ਵਪਾਰੀ ਵੀ ਸੀਗੇ, ਆੜ੍ਹਤੀਏ ਵੀ ਸੀਗੇ, ਕਿਸਾਨ ਵੀ ਵਿਦਿਆਰਥੀ ਵੀ ਸੀਗੇ, ਨੌਜਵਾਨ ਵੀ ਸੀਗੇ, ਸਾਡੀਆਂ ਭੈਣਾਂ ਵੀ ਸੀਗੀਆਂ। ਕਿਉਂਕਿ ਇਹੋ ਜਿਹਾ ਅੰਦੋਲਨ ਸਦੀਆਂ ਬਾਅਦ ਹੁੰਦਾ, ਜੋ ਪਿਛਲੇ ਸਮੇਂ ਕਿਸਾਨ ਅੰਦੋਲਨ ਸੀਗਾ, ਇਹ ਇੰਨਾ ਸ਼ਾਂਤਮਈ ਅੰਦੋਲਨ ਲਗਾਤਾਰ ਇੰਨਾ 1.25 ਸਾਲ ਚੱਲਣਾ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ, ਔਰ ਦੁਨੀਆ ਭਰ ਦੇ ਲੋਕਾਂ ਨੇ ਆ ਕੇ ਉਹਦਾ ਸਾਥ ਦਿੱਤਾ ਉਸ ਅੰਦੋਲਨ ਬਾਰੇ, ਜਿਸ ਅੰਦੋਲਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਆਪਣੀ ਕੀਤੀ ਹੋਈ ਵਾਪਸ ਨਹੀਂ ਲੈਂਦਾ, ਕਾਲੇ ਕਾਨੂੰਨ ਵਾਪਸ ਕਰਵਾਏ,
ਤੇ ਕੰਗਨਾ ਰਾਉਤ ਦਾ ਬੋਲਣਾ ਸੁਭਾਵਿਕ ਹੈ। ਅੱਜ ਵੀ ਬੀਜੇਪੀ ਨੂੰ ਉਸ ਚੀਜ਼ ਦਾ ਦੁੱਖ ਹੈ ਕਿ ਸਾਡੇ ਕੀਤੇ ਹੋਏ ਜਿਹੜੇ ਕਾਰਪੋਰੇਟ ਦੀ ਹੈਲਪ ਕਰਨਾ ਚਾਹੁੰਦੇ ਸੀ ਅਸੀਂ ਨਹੀਂ ਹੁਣ ਦਿੱਤੀ ਕਿਸਾਨਾਂ ਨੇ, ਉਹਦਾ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਦੁੱਖ ਦੀ ਆ ਗੱਲ, ਉਹ ਕੱਢ ਦਿੰਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਭ ਕੁਝ ਕੀਤਾ? ਬਿਲਕੁਲ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਔਰ ਲੋਕਾਂ 'ਚ ਭੜਕਾਹਟ ਪੈਦਾ ਕਰਨਾ ਚਾਹੁੰਦੇ ਨੇ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਕਈ ਪ੍ਰਧਾਨ ਮੰਤਰੀਆਂ ਨੇ ਪੰਜਾਬ ਨਾਲ ਮੱਥਾ ਲਾ ਕੇ ਦੇਖ ਲਿਆ, ਉਹਦਾ ਰਿਜ਼ਲਟ ਕੋਈ ਚੰਗਾ ਨਹੀਂ ਨਿਕਲਿਆ। ਪੰਜਾਬ ਦੇ ਲੋਕ ਕੰਗਨਾ ਰਾਉਤ ਦੇ ਬਿਆਨਾਂ ਨੂੰ ਕੋਈ ਖਾਸ ਨਹੀਂ ਸਮਝਦੇ, ਪਰੰਤੂ ਉਹਦੇ ਪਿੱਛੇ ਜਿਹੜੀ ਸਾਜਿਸ਼ ਹੈ ਉਹ ਤੋਂ ਅਸੀਂ ਜ਼ਰੂਰ ਆਪਣੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਤਾਂ ਕਿ ਕੋਈ ਭਾਈਚਾਰੇ ਦੀ ਸਾਂਝ ਨਾ ਟੁੱਟੇ। ਇਹ ਜਿਹੜੀ ਟੋਟਲ ਬਿਆਨਬਾਜ਼ੀ ਸੀਗੀ ਇਹ ਬਹੁਤ ਹੀ ਨਿੰਦਣਯੋਗ ਬਿਆਨਬਾਜ਼ੀ ਹੈ ਔਰ ਬਹੁਤ ਹੀ ਸੋਚੀ ਸਮਝੀ ਬਿਆਨਬਾਜ਼ੀ। ਸੋ ਕੀ ਲੱਗਦਾ ਕਿ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨ ਅੰਦੋਲਨ ਦਾ ਇੰਪੈਕਟ ਪਿਆ ਹੈਗਾ, ਭਾਜਪਾ ਕੋਈ ਵੀ ਸੀਟ ਨਹੀਂ ਕੱਢ ਸਕੀ, ਉਹਦਾ ਬਦਲਾ ਲਿਆ ਜਾ ਰਿਹਾ? ਦੇਖੋ, ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਹੁੰਦਾ ਉਹ ਅਲੱਗ ਹੁੰਦਾ ਹੈ। ਭਾਜਪਾ ਦੀਆਂ ਟੋਟਲ ਨੀਤੀਆਂ ਭਾਰਤ ਦੇ ਲੋਕਾਂ ਨੇ ਰਿਜੈਕਟ ਕੀਤੀਆਂ, ਚਾਹੇ ਉਹ ਤੁਹਾਡਾ ਨੋਟਬੰਦੀ ਸੀਗੀ, ਚਾਹੇ ਕਿਸਾਨ ਨੀਤੀਆਂ ਸੀਗੀਆਂ। ਅੱਜ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ 'ਚ ਕਾਰਪੋਰੇਟ ਦਾ ਤਾਂ 17.5 ਲੱਖ ਰੁਪਈਆ ਮਾਫ ਕਰਤਾ, ਪੰਜਾਬ ਦੇ ਕਿਸਾਨਾਂ ਨੂੰ ਤਾਂ 1 ਰੁਪਈਆ ਵੀ ਨਹੀਂ ਦਿੱਤਾ। ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਰੋਕੀ ਬੈਠੇ ਨੇ, ਸਾਡਾ ਹੈਲਥ ਮਿਸ਼ਨ ਦਾ ਫੰਡ ਰੋਕੀ ਬੈਠੇ ਨੇ। ਸਾਨੂੰ ਪਿਛਲੇ ਸਮੇਂ ਜੋ ਫਲੱਡ ਆਏ, ਨੁਕਸਾਨ ਹੋਇਆ, 1 ਰੁਪਈਆ ਉਹਨਾਂ ਨੇ ਪੈਕੇਜ ਨਹੀਂ ਦਿੱਤਾ। ਔਰ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਵਿਰੋਧੀ ਨੇ, ਖਾਸ ਤੌਰ 'ਤੇ ਜਿਹੜੇ ਕਿਰਤੀ ਲੋਕ ਨੇ, ਚਾਹੇ ਉਹ 'ਚ ਕਿਸਾਨ ਨੇ, ਮਜ਼ਦੂਰ ਨੇ ਜਾਂ ਹੋਰ ਵੱਖ ਵੱਖ ਵਰਗਾਂ ਦੇ ਲੋਕ ਨੇ, ਸਾਰਿਆਂ ਨੂੰ ਵਿਰੋਧ ਕਰਦੇ ਨੇ, ਸਿਰਫ ਕਾਰਪੋਰੇਟ ਨੂੰ ਸਰਵ ਕਰਦੇ। ਸੋ ਇੱਥੋਂ ਤੱਕ ਕਿ ਮਹਿਲਾ ਹੋ ਕੇ ਮਹਿਲਾਵਾਂ ਤੱਕ ਨੂੰ ਛੱਡਿਆ ਗਿਆ ਸੀ, ਜਿਸ ਤਰ੍ਹਾਂ ਕਿਹਾ ਗਿਆ ਕਿ ਇਹ ਜੇ ਧਰਨੇ ਲੱਗਦੇ ਤਾਂ ਦਿਹਾੜੀ 'ਤੇ ਲਿਆਉਂਦੀਆਂ ਗਈਆਂ ਮਹਿਲਾਵਾਂ? ਦੇਖੋ, ਉਹਦੇ ਜਿਹੜਾ ਇਸੇ ਕਰਕੇ ਉਹਦੇ ਥੱਪੜ ਪਿਆ ਨਾ ਇੱਥੇ ਹਵਾਈ ਅੱਡੇ 'ਤੇ, ਉਹ ਇੱਕ ਗੁੱਸੇ ਦਾ ਪ੍ਰਗਟਾਵਾ ਸੀਗਾ। ਇਸ ਲਈ ਅਸੀਂ ਇਹਨੂੰ ਕੋਈ ਬਾਹਲਾ ਚੰਗਾ ਨਹੀਂ ਗਿਣਦੇ, ਅਸੀਂ ਚਾਹੁੰਦੇ ਹਾਂ ਭਾਈਚਾਰਕ ਸਾਂਝ ਰਹੇ। ਪਰੰਤੂ ਜਦੋਂ ਭੜਕਾਹਟ ਇਸ ਹੱਦ ਤੱਕ ਹੋਵੇ, ਅੱਜ ਕਿਉਂ ਉਹਨੇ ਕਿਸਾਨਾਂ ਬਾਰੇ ਇਹ ਬਿਆਨ ਦਿੱਤਾ? ਉਸ ਅੰਦੋਲਨ ਨੂੰ, ਜਿਹੜਾ ਪਵਿੱਤਰ ਅੰਦੋਲਨ ਸੀ, ਜਿਸ ਅੰਦੋਲਨ ਨੇ ਪੂਰੇ ਭਾਈਚਾਰਿਆਂ ਨੂੰ ਸਾਂਝ ਨੂੰ ਵਧਾਇਆ, ਉਸ ਅੰਦੋਲਨ ਦੇ ਬਾਰੇ ਇਹੋ ਜਿਹੇ ਬਿਆਨ ਦੇਣ ਦਾ ਮਕਸਦ ਕੀ ਹੈ? ਮਕਸਦ ਹੈ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ। ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਆ ਉਹਦਾ ਇੱਕ ਹਿੱਸਾ ਹੀ ਹੈ, ਅਸੀਂ ਇਹਦੀ ਨਿੰਦਾ ਕਰਦੇ ਹਾਂ। ਸੋ ਦੇਖਿਆ ਜਾਵੇ ਤਾਂ ਭਾਜਪਾ ਵਾਲਿਆਂ ਦੀ ਭਾਜਪਾ ਦੇ ਹੀ ਆਗੂਆਂ ਦੇ ਨਾਲ ਜਿਹੜੀ ਆ ਵਿਚਾਰਧਾਰਾ ਨਹੀਂ ਮਿਲਦੀ। ਇੱਕ ਆਗੂ ਸਟੇਟਮੈਂਟ ਦੇ ਦਿੰਦਾ ਅਤੇ ਦੂਜਾ ਕਹਿੰਦਾ ਕਿ ਸਾਡੇ ਤਾਂ ਇਹਦਾ ਕੋਈ ਵਾਹ ਵਾਸਤਾ ਹੀ ਹੈ ਨਹੀਂਗਾ। ਇਹ ਤਾਂ ਹੁਣ ਭਾਜਪਾ ਵਾਲੀ ਦੱਸ ਸਕਦੇ ਨੇ, ਪਰ ਅਸੀਂ ਤਾਂ ਸਮਝਦੇ ਹਾਂ ਕਿ ਇਹ ਭਾਜਪਾ ਦੀ ਨੀਤੀ ਹੈ ਲੋਕਾਂ ਨੂੰ ਡਿਵਾਈਡ ਕਰਨ ਦੀ, ਲੋਕਾਂ 'ਚ ਨਫ਼ਰਤ ਪੈਦਾ ਕਰਨ। ਸੋ ਅੱਜ ਤੁਸੀਂ ਇੱਥੇ ਪ੍ਰੋਟੈਸਟ ਕਰਨ ਪਹੁੰਚੋ, ਕੀ ਤੁਹਾਡੀ ਮੰਗ? ਅਸੀਂ ਸੰਕੇਤਕ ਤੌਰ 'ਤੇ ਪ੍ਰੋਟੈਸਟ ਕਰ ਰਹੇ ਹਾਂ, ਕੋਈ ਸਾਡਾ ਇਹ ਨਹੀਂ ਕੋਈ ਗੜਬੜ ਪੈਦਾ ਕਰਨਾ। ਅਸੀਂ ਪੀਸਫੁੱਲ ਢੰਗ ਦੇ ਨਾਲ ਇਹਦਾ ਵਿਰੋਧ ਕਰ ਰਹੇ ਹਾਂ ਜੋ ਵੀ ਬੋਲਿਆ ਗਿਆ, ਔਰ ਭਾਜਪਾ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ। ਅਤੇ ਮੰਗ ਕੀ ਹੈ ਤੁਹਾਡੀ? ਮੰਗ ਇਹੀ ਹੈ ਵੀ ਕੰਗਣਾ ਨਰੋਤ ਦੇ ਉੱਤੇ ਜਿਹੜਾ ਨਫ਼ਰਤ ਫੈਲਾਉਣ ਦਾ ਭਾਈਚਾਰਿਆਂ 'ਚ ਕੇਸ ਦਰਜ ਕਰਿਆ ਜਾਵੇ, ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਇੱਥੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਹੜੇ ਕਿ ਵਲੰਟੀਅਰ ਹੈਗੇ ਨੇ, ਉਹ ਇੱਥੇ ਭਾਜਪਾ ਦੇ ਜਿਹੜੇ ਕਿ ਦਫ਼ਤਰ ਦੇ ਵਿੱਚ ਇਕੱਠੇ ਹੋਏ ਨੇ, ਅੱਜ ਬੀਜੇਪੀ ਦਫ਼ਤਰ ਦਾ ਘਿਰਾਓ ਕੀਤੇ। ਇਹਨਾਂ ਦਾ ਕਹਿਣਾ ਕਿ ਜਿਹੜਾ ਕੰਗਣਾ ਰਾਉਤ ਦੇ ਵੱਲੋਂ ਭੜਕਾਊ ਬਿਆਨ ਦਿੱਤੇ ਜਾ ਰਹੇ ਨੇ ਉਸ ਤੋਂ ਲੈ ਕੇ ਬੀਜੇਪੀ ਦੇ ਵੱਲੋਂ ਸਟੈਂਡ ਲੈਣਾ ਚਾਹੀਦਾ ਅਤੇ ਕੰਗਣਾ ਰਾਉਤ ਦੇ ਖਿਲਾਫ ਜਿਹੜਾ ਕੇਸ ਦਰਜ ਹੋਣਾ ਚਾਹੀਦਾ। ਸੋ ਵਧੇਰੇ ਅਪਡੇਟ ਲਈ ਜੁੜੇ ਰਹੋ ਹਮਦਰਦ ਟੀਵੀ ਨਾਲ। ਕੈਮਰਾ ਪਰਸਨ ਮੋਹਨ ਲਾਲ ਪਰਵਿੰਦਰ, ਚੰਡੀਗੜ੍ਹ।